ਸਾਲ 1952 ਤੋਂ ਲੈ ਕੇ 2019 ਤੱਕ ਦੀਆਂ ਲੋਕ ਸਭਾ ਚੋਣਾਂ ਦੌਰਾਨ ਹੁਣ ਤੱਕ ਪੰਜਾਬ ਦੀਆਂ ਸਿਰਫ 19 ਹੀ ਔਰਤਾਂ ਲੋਕ ਸਭਾ ਮੈਂਬਰ ਬਣ ਸਕੀਆਂ ਨੇ ਅਤੇ 19 ਲੋਕ ਸਭਾ ਮੈਂਬਰ ਜਿਹੜੀਆਂ ਬਣੀਆਂ ਨੇ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਬਹੁਤ ਵਾਰ ਘੱਟ ਮੌਕੇ ਮਿਲੇ ਕਿ ਪੰਜਾਬ ਦੀਆਂ ਔਰਤਾਂ ਨੂੰ ਕੇਂਦਰੀ ਵਜ਼ੀਰ ਬਣਨ ਦਾ ਮਾਣ ਹਾਸਲ ਹੋਇਆ। ਹੁਣ ਤੱਕ ਸਿਰਫ 4 ਔਰਤਾਂ ਹੀ 1952 ਤੋਂ ਲੈ ਕੇ 2019 ਤੱਕ ਵੱਖ ਵੱਖ ਕੇਂਦਰੀ ਹਕੂਮਤਾਂ ਵਿੱਚ ਬਤੌਰ ਉਹਨਾਂ ਨੂੰ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਅਤੇ 1952 ਤੋਂ ਲੈ ਕੇ 2019 ਤੱਕ ਮਤਲਬ ਜਿਹੜੀਆਂ 19 ਔਰਤਾਂ ਨੇ 19 ਔਰਤਾਂ ਜਿਹੜੀਆਂ MP ਬਣੀਆਂ ਨੇ ਸਿਰਫ 4 ਕਿਹੜੀਆਂ ਨੇ ਉਹਨਾਂ ਬਾਰੇ ਅੱਜ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ ਕਿਉਂਕਿ ਹੁਣ 18ਵੀਂ ਲੋਕ ਸਭਾ ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼ੀ ਨਾਲ ਵੱਧ ਰਹੀਆਂ। ਹਾਲੇ ਤੱਕ ਕਿਸੇ ਵੀ ਪਾਰਟੀ ਨੇ ਪੰਜਾਬ 'ਚੋਂ ਕਿਸੇ ਵੀ ਔਰਤ ਨੂੰ ਹਾਲੇ ਤੱਕ ਟਿਕਟ ਨਹੀਂ ਦਿੱਤੀ। ਆਮ ਆਦਮੀ ਪਾਰਟੀ ਨੇ 8 ਉਮੀਦਵਾਰ ਐਲਾਨੇ ਨੇ, 8 'ਚੋਂ 1 ਵੀ ਹਾਲੇ ਤੱਕ ਕਿਸੇ ਔਰਤ ਨੂੰ ਟਿਕਟ ਨਹੀਂ ਦਿੱਤੀ ਗਈ। ਅਤੇ 1952 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਔਰਤਾਂ ਸੈਂਟਰ ਦੇ ਵਿੱਚ ਜਾਂ ਸੈਂਟਰ ਦੀ ਵਜ਼ਾਰਤ ਦੇ ਵਿੱਚ ਹਿੱਸਾ ਰਹੀਆਂ ਉਹਨਾਂ ਵਿੱਚ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਸੁਖਬੰਸ ਕੌਰ ਭਿੰਡਰ ਕਾਂਗਰਸ ਦੇ MP ਰਹਿ ਚੁੱਕੇ ਨੇ। ਗੁਰਦਾਸਪੁਰ ਤੋਂ ਲਗਾਤਾਰ ਉਹਨਾਂ ਨੇ ਇਲੈਕਸ਼ਨ ਜਿੱਤਣ ਦਾ ਰਿਕਾਰਡ ਬਣਾਇਆ ਸੀ। ਗੁਰਦਾਸਪੁਰ ਤੋਂ ਲਗਾਤਾਰ 5 ਵਾਰ ਉਹਨਾਂ ਨੇ ਲੋਕ ਸਭਾ ਜਿੱਤੀ ਆ। 1980 ਦੇ ਵਿੱਚ ਸੁਖਬੰਸ ਕੌਰ ਭਿੰਡਰ ਹੋਣਾ ਨੇ ਪਹਿਲੀ ਚੋਣ ਲੜੀ ਸੀ, ਇਸ ਤੋਂ ਬਾਅਦ ਉਹਨਾਂ ਨੇ 1985 ਦੇ ਵਿੱਚ ਫਿਰ ਦੂਜੀ ਵਾਰ, ਫਿਰ 1999 ਦੇ ਵਿੱਚ, ਫਿਰ 1992 ਦੇ ਵਿੱਚ, ਫਿਰ 1996 ਦੇ ਵਿੱਚ ਉਹ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ। 1993 ਦੇ ਵਿੱਚ ਜਦੋਂ ਕੇਂਦਰ ਦੇ ਵਿੱਚ ਨਰਸਿਮਾ ਰਾਓ ਦੀ ਸਰਕਾਰ ਸੀ ਤਾਂ ਉਸ ਸਮੇਂ ਸੁਖਬੰਸ ਕੌਰ ਭਿੰਡਰ ਸੈਂਟਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਸਨ। ਸੁਖਬੰਸ ਕੌਰ ਭਿੰਡਰ ਕਾਂਗਰਸ ਪਾਰਟੀ ਦੇ ਇੱਕ ਵੱਡੇ ਲੀਡਰ ਦੇ ਤੌਰ 'ਤੇ ਜਾਣੇ ਜਾਂਦੇ ਨੇ। ਉਹਨਾਂ ਦੀ ਬੇਵਕਤੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਵਾਲੇ ਪ੍ਰੀਤਮ ਸਿੰਘ ਭਿੰਡਰ, ਜਿਹੜੇ ਦਿੱਲੀ ਪੁਲਿਸ ਦੇ ਵਿੱਚ ਬਤੌਰ DGP ਅਹੁਦੇ ਤੋਂ ਰਿਟਾਇਰ ਹੋਏ ਸਨ, ਇੱਕ IPS ਆਫਿਸਰ ਨੇ, ਉਹਨਾਂ ਵੀ ਗੁਰਦਾਸਪੁਰ ਤੋਂ ਕਿਸਮਤ ਅਜਮਾਈ ਸੀ ਲੇਕਿਨ ਉਹਨਾਂ ਨੂੰ ਜਿੱਤ ਨਸੀਬ ਨਹੀਂ ਹੋਈ। ਲੇਕਿਨ ਸੁਖਬੰਸ ਕੌਰ ਭਿੰਡਰ ਦਾ ਰਿਕਾਰਡ ਹੈ ਕਿ 5 ਵਾਰਾਂ ਮੈਂਬਰ ਪਾਰਲੀਮੈਂਟ ਬਣਨਾ, ਇਹ ਉਹਨਾਂ ਵਾਸਤੇ ਇੱਕ ਵੱਡੀ ਅਤੇ ਮਾਣ ਵਾਲੀ ਗੱਲ ਸੀ। ਹੁਣ ਦੂਜੇ ਜਿਹੜੇ ਕਾਂਗਰਸ ਪਾਰਟੀ ਦੇ ਹੀ ਨੇਤਾ ਨੇ, ਜਿਹੜੇ ਸੰਤੋਸ਼ ਚੌਧਰੀ, ਇਹ ਵੀ ਸੈਂਟਰ ਦੇ ਵਿੱਚ ਵਜ਼ੀਰ ਰਹਿ ਚੁੱਕੇ ਨੇ। 1992 ਦੇ ਵਿੱਚ ਪਹਿਲੀ ਵਾਰ ਸੰਤੋਸ਼ ਚੌਧਰੀ ਫਲੌਰ ਸੀਟ ਤੋਂ ਮੈਂਬਰ ਪਾਰਲੀਮੈਂਟ ਬਣੇ ਸੀ। 1999 'ਚ ਉਹ ਫਿਰ ਚੋਣ ਜਿੱਤਦੇ ਨੇ ਔਰ 2009 ਦੇ ਵਿੱਚ ਹੁਸ਼ਿਆਰਪੁਰ ਤੋਂ ਉਹਨਾਂ ਨੇ ਜਿੱਤ ਹਾਸਲ ਕਰਕੇ 3 ਵਾਰਾਂ ਲੋਕ ਸਭਾ ਮੈਂਬਰ ਬਣਨ ਦਾ ਉਹਨਾਂ ਨੂੰ ਮਾਣ ਹਾਸਲ ਹੋਇਆ ਸੀ। 2013 ਵਿੱਚ ਉਹ ਸੈਂਟਰ ਸਰਕਾਰ ਦੇ ਵਿੱਚ ਬਤੌਰ ਕੇਂਦਰੀ ਰਾਜ ਮੰਤਰੀ ਰਹੇ ਨੇ ਔਰ ਨਾਲ ਦੀ ਨਾਲ ਜਿੱਥੇ ਉਹ ਕੇਂਦਰੀ ਰਾਜ ਮੰਤਰੀ ਰਹੇ ਨੇ, ਇਸ ਤੋਂ ਪਹਿਲਾਂ ਉਹ ਸੈਂਟਰ ਦੇ ਵਿੱਚ ਸਫਾਈ ਕਰਮਚਾਰੀ ਅਤੇ ਰਾਸ਼ਟਰੀ ਕਮਿਸ਼ਨ ਦੀ ਚੇਅਰਪਰਸਨ ਵੀ ਰਹਿ ਚੁੱਕੇ ਨੇ। ਸੰਤੋਸ਼ ਚੌਧਰੀ ਹੁਣਾਂ ਦੇ ਘਰ ਵਾਲੇ ਵੀ MLA ਰਹਿ ਚੁੱਕੇ ਨੇ ਅਤੇ ਇਹਨਾਂ ਦੇ ਸਹੁਰਾ ਵੀ ਉੱਥੋਂ ਹੁਸ਼ਿਆਰਪੁਰ ਤੋਂ ਵੱਡੇ ਲੀਡਰ ਦੇ ਤੌਰ 'ਤੇ ਉਹ ਕਾਮਯਾਬ ਹੋਏ ਨੇ। ਪਰ ਸੰਤੋਸ਼ ਚੌਧਰੀ ਹੁਣਾਂ ਨੇ 3 ਵਾਰਾਂ ਮੈਂਬਰ ਪਾਰਲੀਮੈਂਟ ਬਣ ਕੇ ਸੈਂਟਰ ਦੇ ਵਿੱਚ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਦਾ ਵੀ ਅਹੁਦਾ ਮਿਲਿਆ। ਇੱਕ ਹੋਰ ਮੈਂਬਰ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਪ੍ਰਨੀਤ ਕੌਰ। ਪ੍ਰਨੀਤ ਕੌਰ ਹੁਣੀ ਕਾਂਗਰਸ ਪਾਰਟੀ ਦੇ ਉਮੀਦਵਾਰ ਰਹਿ ਚੁੱਕੇ ਨੇ, ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ਸਾਥ ਨੇ, ਲੇਕਿਨ ਅੱਜ ਕੱਲ੍ਹ ਕੈਪਟਨ ਪਰਿਵਾਰ ਨੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਉਹਨਾਂ ਨੇ ਕਰ ਲਈ ਆ, ਮਤਲਬ ਹੱਥ ਛੱਡ ਕੇ ਹੱਥਾਂ ਦੇ ਵਿੱਚ ਕਮਲ ਦਾ ਫੁੱਲ ਫੜ ਲਿਆ ਗਾ। ਸਵਾਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਸ ਹਿਸਾਬ ਦੇ ਨਾਲ ਕਾਂਗਰਸ ਪਾਰਟੀ ਨੇ ਜਲੀਲ ਕਰਕੇ ਕੱਢਿਆ ਸੀ, ਉਸ ਤੋਂ ਬਾਅਦ ਕੈਪਟਨ ਪਰਿਵਾਰ ਕਾਂਗਰਸ ਹਾਈਕਮਾਨ ਨਾਲ ਕਾਫੀ ਖਫਿਆ ਹੋ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਬਣਾ ਲਈ 2022 ਦੇ ਵਿੱਚ ਅਤੇ ਫਿਰ ਉਹਨਾਂ ਨੂੰ ਜਿੱਤ ਨਸੀਬ ਨਹੀਂ ਹੋਈ, ਖੁਦ ਹਾਰ ਗਏ ਸੀ। ਬਾਅਦ 'ਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ
ਪਾਰਟੀ ਨੂੰ ਸ਼ਾਮਿਲ ਕਰ ਲਿਆ। ਹਾਲਾਂਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬੜੀ ਉਮੀਦ ਸੀ ਕਿ ਸੈਂਟਰ ਸਰਕਾਰ ਮਤਲਬ ਭਾਰਤੀ ਜਨਤਾ ਪਾਰਟੀ ਸਰਕਾਰ ਉਹਨਾਂ ਨੂੰ ਕਿਸੇ ਨਾ ਕਿਸੇ ਸੂਬੇ ਦਾ ਰਾਜਪਾਲ ਬਣਾਏਗੀ, ਲੇਕਿਨ ਉਹਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਲੇਕਿਨ ਫਿਲਹਾਲ ਉਹਨਾਂ ਟੱਬਰ ਜਿਹੜਾ ਵਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਗਏ ਨੇ ਅਤੇ ਪਰਨੀਤ ਕੌਰ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਈ ਆ। ਉਮੀਦ ਹੈ ਕਿ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਟਿਕਟ ਦੇਗੀ, ਲੇਕਿਨ ਹਾਲੇ ਤੱਕ ਘੋਸ਼ਣਾ ਨਹੀਂ ਕੀਤੀ ਗਈ। ਪਰਨੀਤ ਕੌਰ ਹੁਣੇ ਵੀ 1999, 2004, 2009 ਅਤੇ 2019 ਦੇ ਵਿੱਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਬਣੇ ਨੇ ਅਤੇ ਕੇਂਦਰ ਦੇ ਵਿੱਚ ਉਹ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਰਹਿ ਚੁੱਕੇ ਨੇ। ਪਰਨੀਤ ਕੌਰ ਹੁਣੀ ਇਸ ਸਮੇਂ ਭਾਰਤੀ ਜਨਤਾ ਪਾਰਟੀ ਵਾਸਤੇ ਹੀ ਟਿਕਟ ਦੀ ਇੱਛਾ ਰੱਖਦੇ ਨੇ। ਚੌਥੇ ਜਿਹੜੇ ਸੈਂਟਰ ਦੇ ਵਿੱਚ ਵਜ਼ੀਰ ਨੇ ਉਹ ਨੇ ਸ਼੍ਰੋਮਣੀ ਅਕਾਲੀ ਦਲ ਇਕਲੌਤੀ ਲੀਡਰ ਹਰਸਿਮਰਤ ਕੌਰ ਬਾਦਲ। ਹਰਸਿਮਰਤ ਕੌਰ ਬਾਦਲ ਲਗਾਤਾਰ 2009, 2014 ਅਤੇ 2019 ਦੇ ਵਿੱਚ ਉਹ ਲਗਾਤਾਰ ਬਠਿੰਡਾ ਤੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ। 2019 ਦੇ ਵਿੱਚ ਕੇਂਦਰੀ ਮੰਤਰੀ ਬਣੇ ਨੇ ਔਰ ਇਸ ਤੋਂ ਬਾਅਦ ਜਿਹੜੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਵੀ ਟੁੱਟ ਗਿਆ ਸੀ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪਿਆ ਸੈਂਟਰ ਸਰਕਾਰ ਵਿੱਚ। 2014 ਫਿਰ 2019 ਦੇ ਵਿੱਚ ਉਹ ਵਜ਼ੀਰ ਰਹਿ ਚੁੱਕੇ ਨੇ। ਇੱਕ ਵਾਰ ਫਿਰ ਉਹ ਬਠਿੰਡਾ ਲੋਕ ਸਭਾ ਤੋਂ ਮੁੜ ਤੋਂ ਤਿਆਰੀਆਂ ਸ਼ੁਰੂ ਕਰਕੇ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਕੁੱਦ ਪਏ ਨੇ। ਪੰਜਾਬ ਵਿੱਚ 2019 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਦੇ ਦੌਰਾਨ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸੀ, ਉਸ ਸਮੇਂ 48 ਜਿਹੜੇ ਨੇ ਔਰਤਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ। 17 ਔਰਤਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਸੀ, 6 ਔਰਤਾਂ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ, ਜਦਕਿ 25 ਔਰਤਾਂ ਨੇ ਚੋਣਾਂ ਲੜੀਆਂ ਸੀ। ਹਰਸਿਮਰਤ ਕੌਰ ਬਾਦਲ ਜਿਹੜੇ ਨੇ 2019 ਦੇ ਵਿੱਚ ਉਹ MP ਬਣੇ ਸੀ ਅਤੇ ਨਾਲ ਦੀ ਨਾਲ ਪਰਨੀਤ ਕੌਰ ਹੋਣੀ। ਇਸ ਤੋਂ ਪਹਿਲਾਂ 1999 'ਚ ਅਗਰ ਗੱਲ ਕੀਤੀ ਜਾਵੇ ਤਾਂ 25 ਔਰਤਾਂ ਨੇ ਜਿਹੜਾ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸੀ, 8 ਔਰਤਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਨੇ ਰੱਦ ਹੋ ਗਏ ਸੀ ਅਤੇ ਸਿਰਫ 2 ਜਿਹੜੀਆਂ ਨੇ ਔਰਤਾਂ MP ਬਣ ਸਕੀਆਂ ਸੀ। 2009 ਦੇ ਰਿਕਾਰਡ ਦੇ ਵਿੱਚ ਪੰਜਾਬ ਤੋਂ 4 ਜਿਹੜੀਆਂ ਨੇ ਉਹ ਔਰਤਾਂ MP ਬਣੀਆਂ ਸੀ। ਔਰ ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਜਿਹੜੇ ਇਸ ਸਮੇਂ ਸਰਗਰਮੀਆਂ ਵਧ ਗਈਆਂ ਔਰ ਇਸੇ ਤਰ੍ਹਾਂ ਪੰਜਾਬ 'ਚ ਵੀ ਔਰਤਾਂ ਦੀ ਜਿਹੜੀ ਸ਼ਮੂਲੀਅਤ ਹੈ ਸਿਆਸਤ ਦੇ ਵਿੱਚ ਵੱਧਦੀ ਜਾ ਰਹੀ ਹੈ। 1999 ਦੇ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ 1,57,17,304 ਔਰਤਾਂ ਬਤੌਰ ਵੋਟਰ ਦੇ ਤੌਰ 'ਤੇ ਉਹਨਾਂ ਦੀ ਗਿਣਤੀ ਸੀ। 2024 'ਚ ਇਹ ਸੰਖਿਆ ਜਿਹੜੀ ਆ 1,77,543 ਹੋ ਗਈ ਸੀ। 1999 ਦੇ ਵਿੱਚ 25 ਔਰਤਾਂ ਨੇ ਚੋਣਾਂ ਵਿੱਚ ਹਿੱਸਾ ਲਿਆ ਸੀ, ਲੇਕਿਨ 2019 ਦੇ ਲੋਕ ਸਭਾ ਚੋਣਾਂ 'ਚ ਗਿਣਤੀ ਦੁੱਗਣੀ ਹੋ ਗਈ ਸੀ। 2019 ਵਿੱਚ 48 ਔਰਤਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸੀ ਔਰ ਹੁਣ 2024 ਦੀਆਂ ਚੋਣਾਂ ਦੇ ਵਿੱਚ ਦੇਖਦੇ ਹਾਂ ਕਿ ਕਿੰਨੀਆਂ ਔਰਤਾਂ ਮੈਦਾਨ ਵਿੱਚ ਆਉਂਦੀਆਂ ਨੇ। 1999 'ਚ ਪੰਜਾਬ 'ਚੋਂ ਪਰਨੀਤ ਕੌਰ ਅਤੇ ਸੰਤੋਸ਼ ਚੌਧਰੀ ਸੰਸਦ ਮੈਂਬਰ ਬਣੇ ਸੀ। 2009 ਵਿੱਚ ਪਰਨੀਤ ਕੌਰ, ਸੰਤੋਸ਼ ਚੌਧਰੀ, ਹਰਸਿਮਰਤ ਕੌਰ ਬਾਦਲ ਅਤੇ ਪਰਮਜੀਤ ਕੌਰ ਗੁਲਸ਼ਨ, ਇਹ 4 ਔਰਤਾਂ ਮੈਂਬਰ ਪਾਰਲੀਮੈਂਟ ਬਣੀਆਂ ਸੀ। ਹੁਣ ਤੱਕ ਪੰਜਾਬ 'ਚ 19 ਜਿਹੜੀਆਂ ਔਰਤਾਂ ਨੇ ਜਿਨ੍ਹਾਂ ਨੇ ਸਿਆਸਤ ਵਿੱਚ ਆਪਣੀ ਕਿਸਮਤ ਅਜਮਾਈ ਆ, MP ਬਣ ਚੁੱਕੀਆਂ ਹੈਗੀਆਂ। ਇਹਨਾਂ ਵਿੱਚ ਕੇਂਦਰ 'ਚ ਰਾਜ ਮੰਤਰੀ ਮੰਨਣ ਦਾ ਵੀ ਇਹਨਾਂ ਨੂੰ ਸੁਭਾਗ ਪ੍ਰਾਪਤ ਹੋਇਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸੰਤੋਸ਼ ਚੌਧਰੀ ਜਿਹੜੀ 2019 'ਚ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ, ਲੇਕਿਨ ਇਸ ਤੋਂ ਪਹਿਲਾਂ ਯਾਨੀ ਕਿ ਉਹ ਸਰਕਾਰ ਦੇ ਵਿੱਚ, ਸੈਂਟਰ ਸਰਕਾਰ ਦੇ ਵਿੱਚ ਵਜ਼ੀਰ ਵੀ ਰਹਿ ਚੁੱਕੇ ਸਨ। ਸਾਲ 2014 ਦੇ ਵਿੱਚ ਜਿਹੜੇ ਟੋਟਲ ਜਿਹੜੇ ਵੋਟਰ ਸਨ ਉਹ ਸਨ 1,96,08,161, ਜਿਹਦੇ 'ਚ ਔਰਤਾਂ ਦੀ ਗਿਣਤੀ 92,80,738 ਅਤੇ ਜਿਹੜੇ ਨੇ
ਬੰਦਿਆਂ ਦੀ ਜਿਹੜੀ ਗਿਣਤੀ ਸੀ ਉਹ ਸੀ 1,38,59,496। ਅਗਰ 2019 ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਕੁੱਲ ਵੋਟਰ 2,99,00,000 ਦੇ ਕਰੀਬ ਸੀ। ਉਸ ਤੋਂ ਬਾਅਦ ਸਾਲ 2019 ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕੁੱਲ ਜਿਹੜੇ ਵੋਟਰ ਰਜਿਸਟਰਡ ਹੋਏ ਸੀ ਉਹ 2,08,92,693 ਸੀ। ਔਰਤਾਂ ਦੀ ਜਿਹੜੀ ਗਿਣਤੀ ਸੀ ਉਹ 98,32,287 ਅਤੇ ਬੰਦਿਆਂ ਦੀ ਜਿਹੜੀ ਗਿਣਤੀ ਸੀ ਬਤੌਰ ਵੋਟਰ ਉਹ ਸੀ 1,37,77,295 ਸੀ। ਫਿਲਹਾਲ ਇਹ ਜਿਹੜਾ ਸਿਆਸੀ ਕਿੱਸਾ ਤੁਹਾਡੇ ਨਾਲ ਸਾਂਝਾ ਕੀਤਾ ਗਿਆ। ਇਸ ਤਰ੍ਹਾਂ ਦੇ ਹੋਰ ਸਿਆਸੀ ਕਿੱਸੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਚੋਣਾਂ ਨੂੰ ਲੈ ਕੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਕੀ ਕੁਝ ਸਰਗਰਮੀਆਂ ਹੁੰਦੀਆਂ ਨੇ, ਕੀ ਕੁਝ ਸਿਆਸੀ ਕਿੱਸੇ ਜੁੜੇ ਨੇ। ਲੇਕਿਨ ਫਿਲਹਾਲ ਸਾਨੂੰ ਦਿਵਾ ਗਿਆ। ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।